ਦੇ ਪੈਦਾ ਕਰਨੇ ਵਾਲੇ, ਜ਼ਾਹਿਰ ਔਰ ਪੋਸ਼ੀਦਾ ਦੇ ਜਾਣਨੇ ਵਾਲੇ, ਹਰ ਚੀਜ਼ ਨੂੰ ਪਾਲਣ ਵਾਲਿਆਂ ਤੇ ਹਰ ਚੀਜ਼ ਦੇ ਮਾਲਕ, ਮੈਂ ਗਵਾਹੀ ਦਿੰਦਾ ਕਿ ਤੇਰੇ ਸਿਵਾ ਕੋਈ ਇਬਾਦਤ ਦੇ ਲਾਇਕ ਨਹੀਂ, ਤੇ ਮੈਂ ਆਪਣੇ ਨਫਸ ਦੇ ਸ਼ਰ ਕੋਲੋਂ ਆਪਣੇ ਨਫਸ ਦੇ ਸ਼ਰ ਤੋਂ ਮਿਦਾ ਜਿਹੜਾ ਸ਼ੈਤਾਨ ਹੈ ਉਹਦੇ ਸ਼ਰ ਤੇ ਉਹਦੇ ਸ਼ਿਰਕ ਦੇ ਜਿਹੜੇ ਜਿਹੜਾ ਸ਼ਿਰਕ ਕਰਵਾਉਂਦਾ ਸਾਰੀਆਂ ਚੀਜ਼ਾਂ ਦੇ ਸ਼ਰ ਕੋਲੋਂ ਤੇਰੀ ਪਨਾਹ ਚਾਹੁੰਦਾ ਵਾਂ। ਤੇ ਇਹ ਸਮਝੋ ਕਿ ਅਗਰ ਆਪ ਸਲਮ ਨੇ ਆਪਣੇ ਬੈਸਟ ਫਰੈਂਡ ਲਾਸਕਨੇ ਆ ਕੇ ਸਭ ਤੋਂ ਕਲੋਜ਼ ਸੀ ਨਾ, ਤਾਂ ਉਹਨਾਂ ਨੂੰ ਜਿਸ ਵੇਲੇ ਪੁੱਛਣ ਦੇ ਉੱਪਰ ਕੋਈ ਖਾਸ ਹੀ ਚੀਜ਼ ਦਿੱਤੀ ਹੋਏਗੀ, ਤਾਂ ਬੜੀ ਜ਼ਬਰਦਸਤ ਚੀਜ਼ ਹੈ, ਬਹੁਤ ਜ਼ਬਰਦਸਤ ਦੁਆ ਹੈ ਵਾਲੀ, ਖਾਸ ਤੌਰ 'ਤੇ ਜਿਹੜਾ ਨਾ ਬਿਸਤਰ ਦੇ ਉੱਪਰ ਜਾਣ ਵਾਸਤੇ। ਤੇ ਬਿਸਤਰ 'ਚ ਜਾਣ ਦੀ ਇੱਕ ਹੋਰ ਵੀ ਦੁਆ ਹੈ ਵੈ ਕਿ ਅੱਲਾਹੁਮਾ ਗਫਿਰ ਲਈ ਜ਼ੰਬੀ ਵਖਸਾ ਸ਼ੈਤਾਨੀ ਵਫੁੱਕਾ ਰਿਹਾਨੀ ਵਸਕਲ ਮਿਜ਼ਾਨੀ। ਸਕਲ ਮਿਜ਼ਾਨੀ ਦਾ ਮਤਲਬ ਮੇਰਾ ਜਿਹੜਾ ਪਲੜਾ ਵੈ ਸਵਾਬ ਦਾ ਜਿਹੜਾ ਅੱਛੇ ਅਮਾਲ ਦਾ ਉਹ ਵਜ਼ਨੀ ਕਰ ਦੇ। ਵਜਅਲਨੀ ਫਿਨ ਨਦੀ ਲਾਲਾ, ਤੇ ਮੈਨੂੰ ਜਿਹੜਾ ਨਾ ਬੁਲੰਦਤਰ ਮਜਲਿਸ ਵਾਲਿਆਂ ਦੇ ਵਿੱਚ ਸ਼ਾਮਿਲ ਕਰ ਦੇ। ਤੇ ਅਕੀਦੇ ਦੇ ਮੁਤਾਲਕ ਜਿਹੜਾ ਨਾ ਜਿਹੜੀ ਦੁਆ ਹੈ ਦੁਆ ਦਾ ਮਤਲਬ ਅਕਾਇਦ ਦੇ ਮਤਲਬ ਜਿਹੜੀਆਂ ਦੁਆਵਾਂ ਨੇ ਉਹ ਵੀ ਬੰਦਾ ਪੜ੍ਹਿਆ, ਲੇਕਿਨ ਜਿਹੜੀ ਅਲਹਮਦੁਲਿਲਾ ਵੈ ਕਿਉਂਕਿ ਆਪ ਸੱਲਮ ਨੇ ਫਰਮਾਇਆ ਕਿ ਸ਼ੈਤਾਨ ਤੁਹਾਡੇ ਕੋਲ ਆਉਂਦਾ ਕਿ ਇਹਨੂੰ ਕਿੰਨਾ ਪੈਦਾ ਕੀਤਾ, ਇਹਨੂੰ ਕਿੰਨਾ ਪੈਦਾ ਕੀਤਾ, ਇਹਨੂੰ ਕਿੰਨਾ ਪੈਦਾ, ਬੜੀਆਂ ਬੜੀਆਂ ਸੋਚਾਂ ਲੈ ਕੇ ਫਿਰ ਆਖਰ 'ਚ ਇਹ ਕਹਿੰਦਾ ਤੇਰੇ ਅੱਲਾ ਨੂੰ ਫਿਰ ਕਿੰਨਾ ਪੈਦਾ ਕੀਤਾ। ਜਿਸ ਲਈ ਇਹ ਸੋਚ ਆਵੇ ਤਾਂ ਉਸ ਬਿੱਲਾ ਮੇਰੀ ਸ਼ੈਤਾਨ ਰਾਜੀਮ ਬੜਾ ਮੌਤ ਦੇ ਟਾਈਮ ਦੇ ਉੱਪਰ ਜਿਹੜੀ ਜਿਹੜੀਆਂ ਦੁਆਵਾਂ ਨੇ ਜਿਹ 'ਚ ਜਿਸ ਤਰ੍ਹਾਂ ਦੁਆ ਹੈ ਕਿ ਅੱਲਾਹੁਮਾ ਇਨੀ ਆਊਜ਼ ਬਿਕਾ ਮਿਨ ਅਤ-ਤਰੱਦੀ ਵਲ-ਹਦਮ ਵਲ-ਗਰਕ ਵਲ-ਹਰੀਕ ਵਅਊਜ਼ ਬਿਕਾ ਅਯਤਾ, ਇਹ ਉਹ ਲਫਜ਼ ਨੇ ਅਯਤਾ ਖਬਤਾਨੀ ਅਸ਼ੈਤਾਨ ਅੰਦ ਅਲ-ਮੌਤ ਵਅਊਜ਼ ਬਿਕਾ ਅਨ ਅਮੂਤ ਫੀ ਸਬੀਲਿਕ ਮੁਦਬਰਾ ਵਅਊਜ਼ ਬਿਕਾ ਅਨ ਅਮੂਤ ਲਦੀਗਾ। ਜਿਹੜੀ ਅਯਤਾ ਖਬਤਾਨੀ ਹੈ ਨਾ, ਇਹ ਉਹੀ ਲਫਜ਼ ਹੈ ਜਿਹੜੀ ਸੂਦ ਦੇ ਮਾਮਲੇ ਦੇ ਵਿੱਚ ਸ਼ੈਤਾਨ ਜਿਹੜੀ ਜ਼ਿਕਰ ਹੋਇਆ, ਯਤਾ ਖਬਤਹੂ ਸ਼ੈਤਾਨ, ਉਹ ਇਸ ਤਰ੍ਹਾਂ ਉੱਠੇਗਾ ਜਿਸ ਤਰ੍ਹਾਂ ਜਿਹੜਾ ਨਾ ਸ਼ੈਤਾਨ ਨੇ ਉਹਨੂੰ ਟੱਚ ਕੀਤਾ ਹੈ, ਸੂਦੀ ਜਿਹੜਾ ਬੰਦਾ ਹੁੰਦਾ ਸੂਦ ਖਾਨ ਖੂਨ ਵਾਲਾ। ਅਤੇ ਇਹ ਵਾਲੀ ਦੁਆ ਵੀ ਜਿਹੜਾ ਨਾ ਕਿ ਮੌਤ ਦੇ ਟਾਈਮ ਦੇ ਵਾਸਤੇ ਜਿਹੜਾ ਨਾ ਅੱਲਾਹ ਤਾਲਾ ਦੇ ਨਬੀ ਨੇ ਵੀ ਦੁਆ ਮੰਗੀ ਕਿ ਉਸ ਟਾਈਮ ਸਾਨੂੰ ਜਿਹੜਾ ਨਾ ਖਬਦੀ ਨਾ ਬਣਾ ਦਿਓ ਸ਼ੈਤਾਨ, ਪੂਰੀ ਜ਼ਿੰਦਗੀ ਮਾਲ ਕਰਕੇ ਤਾਂ ਉਸ ਟਾਈਮ ਜਿਹੜਾ ਸ਼ੈਤਾਨ ਹਮਲਾ, ਅਤੇ ਪਹਿਲਾਂ ਹੀ ਆਪਣੀ ਜ਼ਿੰਦਗੀ 'ਚ ਬੰਦਾ ਆਪ ਚੀਜ਼ ਮੰਗਦਾ ਰਹੇ ਤਾਂ ਉਹ ਬਿਹਤਰ ਹੈ। ਅਤੇ ਆਪ ਸਲਮ ਨੇ ਨਾ ਕੋਈ ਬਾਰਿਸ਼ ਬੁਰਿਸ਼ ਵਾਸਤੇ, ਅੰਧੇਰੀ ਵਾਸਤੇ, ਆਂਧੀ ਵਾਸਤੇ, ਤਾਂ ਉਹਦੇ ਵਿੱਚ ਨਮਾਜ਼ ਪੜ੍ਹਾਈ, ਤਾਂ ਆਪ ਸਲਮ ਨੇ ਨਾ ਅਫਸਰ ਨੇ ਰਹਿਣਾ ਬਕਾਇਦਾ ਤੌਰ 'ਤੇ ਆਪ ਫਰਮਾਇਆ ਕਿ ਕਾਲ ਅਕੁਲ ਹੋ ਅੱਲਾਹ ਵਾਹਿਦ ਵਲ ਮਾਉਦਤੇਨ ਹੀਨ ਤੁਸਮੀ ਵਹੀਨ ਤੁਸਬਿਹ ਸਲਾਸਨ ਯਕਫੀ ਕੁਲ ਸ਼ਈ, ਕਿ ਤੁਸੀਂ ਜਿਹੜਾ ਨਾ ਕੁਲ ਹੋ ਅੱਲਾਹ ਵੈ ਤਾਂ ਕੁਲ ਹੋ ਅੱਲਾਹ, ਤਾਂ ਜਿਹੜੀ ਕੁਲ ਆਉਜ਼ ਬਿ ਰੱਬਿਲ ਫਲਕ ਤਾਂ ਕੁਲ ਆਉਜ਼ ਬਿ ਰੱਬਿਲ ਨਾਸ ਹੈ, ਪੜ੍ਹ ਲਓ ਤਾਂ ਤੁਹਾਡੇ ਵਾਸਤੇ ਹਰ ਚੀਜ਼ ਵਾਸਤੇ ਕਾਫੀ ਹੈ, ਕਿਉਂਕਿ ਹਰ ਕਿਸਮ ਦੇ ਮੁਸ਼ਕਲ ਖੌਫ ਤੁਹਾਡਾ ਨਾ ਤੁਹਾਨੂੰ ਸਹੀ ਕਰ ਦੇਗੀ। ਕਿਸੇ ਨੂੰ ਕਿਸੇ ਚੀਜ਼ ਦਾ ਵੀ ਖੌਫ ਹੋਵੇ, ਕੋਈ ਮਸਲਾ ਹੋਵੇ, ਤਾਂ ਇਹ ਚੀਜ਼ ਜਿਹੜਾ ਨਾ ਉਹਦੇ ਵਾਸਤੇ ਬਿਹਤਰ ਹੈ। ਅੱਛਾ, ਤਾਂ ਇੱਕ ਹੋਰ ਚੀਜ਼ ਹੈ ਕਿ ਪਹਿਲੇ ਇਹ ਵੀ ਕਿਹਾ ਜਾਂਦਾ ਕਿ ਆਪ ਸਲਮ ਜਿਹੜਾ ਨਾ ਬਾਜ਼ ਬੜੇ ਮੁਖਤਲਿਫ ਕਿਸਮ ਦੇ ਜਿਹੜਾ ਨਾ ਤਾਊਜ਼ ਪੜ੍ਹਦੇ ਸੀ, ਲੇਕਿਨ ਇਸ ਲਈ ਇਹ ਦੋ ਸੂਰਤਾਂ ਆਈਆਂ ਨਾ, ਤਾਂ ਫਿਰ ਕਹਿੰਦੇ ਨੇ ਕਿ ਇਹ ਸੂਰਤਾਂ ਨੂੰ ਜਿਹੜਾ ਨਾ ਬੇਸਿਕਲੀ ਫੋਕੀਅਤ ਹਾਸਿਲ ਹੋ ਗਈ ਸਾਡੀਆਂ ਕੁਲਾਉਜ਼ ਬਰ ਰੱਬਿਲ ਫਲਕ ਔਰ ਕੁਲਾਉਜ਼ ਬਰ ਰੱਬਿਲ ਨਾਸ। ਨਜ਼ਰੇ ਬਦ ਤੋਂ ਬਚਾਉਣ ਵਾਸਤੇ ਔਰ ਹਰ ਚੀਜ਼ ਵਾਸਤੇ ਜਿਹੜਾ ਨਾ ਬਿਹਤਰ, ਸਭ ਤੋਂ ਬਿਹਤਰ ਚੀਜ਼ ਹੈ, ਆਸਾਨ ਵੀ ਹੈ, ਈਜ਼ੀ ਟੂ ਮੈਮੋਰਾਈਜ਼ ਨੇ ਔਰ ਈਜ਼ੀ ਟੂ ਰਿਸਾਈਟ ਨੇ। ਇੱਕ ਹੋਰ ਵੀ ਚੀਜ਼ ਤਰਮਿਜ਼ੀ ਸ਼ਰੀਫ ਦੇ ਵਿੱਚ
ਆਉਂਦੀ ਹੈ ਕਿ ਇਸ ਲਈ ਇਨਸਾਨ ਗਾਫਲ ਹੋ ਜਾਂਦਾ ਅੱਲਾ ਦੇ। ਐਸੀ ਇਹੀ ਵਜ੍ਹਾ ਕਿ ਅੱਲਾ ਦੇ ਜ਼ਿਕਰ ਤੁਸੀਂ ਕਰੋਗੇ ਤਾਂ ਸ਼ੈਤਾਨ ਨਹੀਂ ਆਏਗਾ, ਅੱਲਾ ਦੇ ਜ਼ਿਕਰ ਤੋਂ ਦੂਰ ਰਹੋਗੇ ਤਾਂ ਸ਼ੈਤਾਨ ਆਏਗਾ। ਇਸ ਤਰ੍ਹਾਂ ਹੀ ਜਿਹੜਾ ਨਾ ਅਕਸਰ ਪਤਾ ਨਹੀਂ ਤੁਹਾਨੂੰ ਪਤਾ ਹੋਵੇ ਇਸ ਚੀਜ਼ ਦਾ ਕਿ ਨਹੀਂ, ਲੇਕਿਨ ਜਿਸਲੇ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨਾ ਬਚਪਨ ਦੇ ਵਿੱਚ, ਬਚਪਨ 'ਚ ਕੀ ਬੱਚਿਆਂ ਨੂੰ, ਅਤੇ ਬੱਚੇ ਜਿਸਲੇ ਦੁਬਾਰਾ ਸਕੂਲਾਂ ਦੇ ਉੱਪਰ ਜਾਂਦੇ ਨੇ ਖਾਸ ਤੌਰ 'ਤੇ ਬੱਚੀਆਂ, ਤਾਂ ਉਹਨਾਂ ਨੂੰ ਅਕਸਰ ਇਹ ਵਾਲੇ ਪ੍ਰੋਬਲਮਸ ਹੁੰਦੀਆਂ ਨੇ, ਤਾਂ ਫਿਰ ਉਹਨਾਂ ਨੂੰ ਕੋਈ ਮਸਲਾ ਹੋ ਜਾਂਦਾ, ਤਾਂ ਫਿਰ ਉਹ ਕਿਉਂਕਿ ਉਹ ਪੂਰਾ 4 3 4 ਮਹੀਨੇ ਜਾਂ 6 ਮਹੀਨੇ ਉਹ ਸਕੂਲ ਬੰਦ ਰਹਿੰਦੇ ਨੇ, ਉੱਥੇ ਫਿਰ ਉਹ ਚੀਜ਼ਾਂ ਜਿਹੜਾ ਨਾ ਜਾਂਦੀਆਂ ਨੇ ਖਾਸ ਤੌਰ 'ਤੇ ਬਾਥਰੂਮਾਂ ਦੇ ਵਿੱਚ, ਉਹ ਫਿਰ ਉਹ ਬੱਚੇ ਬੱਚੀਆਂ ਦੇ ਉੱਪਰ ਜਿਹੜਾ ਨਾ ਇਹ ਚੀਜ਼ਾਂ ਜਿਸਲੇ ਉਹ ਦੁਬਾਰਾ ਜਾਂਦੇ ਨੇ ਡੇ ਫਸਟ, ਅਤੇ ਇਹਨਾਂ ਚੀਜ਼ਾਂ ਅਗਰ ਇਹਨਾਂ ਚੀਜ਼ਾਂ ਦੇ ਦੁਆਵਾਂ ਵਗੈਰਾ ਨਾ ਸਿਖਾਈ ਜਾਣ ਤਾਂ ਉਹ ਰਿਸਕੀ ਹੈ। ਅਕਸਰ ਜਿਹੜਾ ਨਾ ਇਹ ਵਾਲੇ ਜਿਹੜੇ ਕੇਸਿਸ ਨੇ ਉਹ ਪਾਗਲਖਾਨੇ ਜਿਹੜੇ ਭਰੇ ਦੇ ਨੇ, ਪਾਗਲ ਜਿਹੜੇ ਲੋਕ ਹੁੰਦੇ ਨੇ 99%, ਮੈਂ ਆਪਣਾ ਇਹ ਸਮਝਣਾ ਵਾਂ ਕਿ 99% ਉਹਨਾਂ ਦੇ ਉੱਪਰ ਇਹ ਚੀਜ਼ਾਂ ਸਵਾਰ ਹੁੰਦੀਆਂ ਨੇ। ਉਹ ਉਹ ਪਾਗਲ ਉਹ ਇਹੋ ਹੀ ਸ਼ਿਆਤੀਨ ਦਾ ਹੀ ਚੱਕਰ ਹੈ ਸਾਰਾ, ਅਤੇ ਲੇਕਿਨ ਉਹਨਾਂ ਦੇ ਵਿਚਾਰਿਆਂ ਨੂੰ ਕਿਸੇ ਹੋਰ ਖਾਤੇ 'ਚ ਉਹਨਾਂ ਦਾ ਇਲਾਜ ਹੁੰਦਾ ਪਿਆ ਹੁੰਦਾ। ਅਤੇ ਬਹਰਹਾਲ ਔਰਤਾਂ ਕੋਲ ਜਿਹੜਾ ਨਾ ਉਹ ਚੂੰਕਿ ਉਹ ਤਾਨ ਕਰਦੀਆਂ ਨੇ ਜ਼ਿਆਦਾ ਆਪਣੇ ਬੰਦਿਆਂ ਨੂੰ, ਔਰ ਕੀਬਤ ਕਰਦੀਆਂ ਨੇ, ਔਰ ਇਸ ਲਈ ਸ਼ੈਤੀਨ ਔਰ ਸਾਰੀਆਂ ਚੀਜ਼ਾਂ ਜ਼ਿਆਦਾਤਰ ਉਹਨਾਂ ਦੇ ਨਾਲ ਜ਼ਿਆਦਾ ਅਟੈਚ ਰਹਿੰਦੀਆਂ ਨੇ। ਔਰ ਅਗਰ ਔਰ ਜ਼ਿਆਦਾਤਰ ਇਹ ਵੀ ਕਹਿੰਦੀਆਂ ਕਿ ਅਕਸਰ ਜਿਹੜਾ ਨਾ ਕੋਈ ਉਹਨਾਂ ਨੂੰ ਜਿਹੜੀ ਮਹਾਨਾ ਬਿਮਾਰੀ ਹੁੰਦੀ ਹੈ ਉਹਦੇ ਉੱਪਰ ਜਿਹੜਾ ਨਾ ਉਹ ਨਪਾਕੀ ਦੇ ਚੱਕਰ ਵਿੱਚ ਇਹ ਸਮਝਦੀਆਂ ਨੇ ਕਿ ਅਸੀਂ ਕੁਰਾਨ ਦੇ ਲਾਇਕ ਨਹੀਂ ਰਹੇ ਹਾਂ, ਕੁਰਾਨ ਨੂੰ ਟੱਚ ਨਹੀਂ ਕਰ ਸਕਦੇ। ਕੁਰਾਨ ਔਰ ਜ਼ਿਕਰ ਜਿਹੜੇ ਜ਼ਬਾਨੀ ਨੇ ਉਹਨੂੰ ਤੁਸੀਂ ਪੜ੍ਹਨਾ ਵੈ, ਔਰ ਉਹ ਜ਼ਿਕਰ ਨਹੀਂ ਤੁਸੀਂ ਕਰੋਗੇ ਤਾਂ ਜਾਂ ਜਿਹੜੇ ਬੱਚੇ ਦੀ ਵਿਲਾਦਤ ਤੋਂ ਬਾਅਦ ਜਿਹੜੇ ਜਿਹੜਾ ਮੀਨ ਜਿਹੜਾ ਪੀਰੀਅਡ ਆਫ ਟਾਈਮ ਹੁੰਦਾ ਵੈ ਉਹ ਵਿੱਚ ਬੰਦਾ ਇਹ ਸੋਚਿਆ ਕਿ ਹੁਣ ਦਰਸ ਨੇ ਕੰਪਿਊਟਰ ਨੇ ਔਰ ਕੁਰਾਨ ਪਾਕ ਹੈ ਟੱਚ ਕੀਤੇ ਵਗੈਰਾ ਸਾਰੀਆਂ ਚੀਜ਼ਾਂ ਪੜ੍ਹੋਗੇ ਤੁਸੀਂ ਜਿਹੜਾ ਨਾ ਸ਼ੈਤਾਨ ਦੂਰ ਹੋਗੇ। ਅਤੇ ਕਿਉਂਕਿ ਅਫਸਲਮ ਦੀ ਜਿਹੜੀ ਹਦੀਸ ਆਉਂਦੀ ਹੈ ਕਿ ਜਿਸਲੇ ਵੀ ਇਨਸਾਨ ਅੱਲਾਹ ਤਾਲਾ ਦਾ ਜ਼ਿਕਰ ਤੋਂ ਮਸ਼ਗੂਲ ਹੁੰਦਾ ਵੈ ਅਤੇ ਜਿਹੜਾ ਦੁਸ਼ਮਣ ਹੈ ਅੱਲਾਹ ਦਾ ਉਹ ਪਿੱਛੇ ਹਟ ਜਾਂਦਾ ਹੈ, ਤਾਂ ਫਿਰ ਬਹੁਤ ਛੋਟਾ ਉਹ ਛੋਟਾ ਹੋ ਜਾਂਦਾ ਔਰ ਆਪਣੇ ਆਪ ਨੂੰ ਬਹੁਤ ਹੀ ਕਮਤਰ ਮਹਿਸੂਸ ਕਰਦਾ ਔਰ ਬਹੁਤ ਜ਼ੋਰ ਜ਼ੋਰ ਦੀ ਕਰਲਾਉਂਦਾ ਵੈ। ਅਤੇ ਬਲਕਿ ਐਂ ਵੈ ਕਿ ਇੱਕ ਛੋਟੀ ਸਾਰੀ ਮੱਖੀ ਜਾਂ ਇੱਕ ਛੋਟੀ ਸਾਰੀ ਚਿੜੀ ਬਣ ਜਾਂਦਾ ਵੈ, ਅਤੇ ਅਗਰ ਜਿਸਲੇ ਤੁਸੀਂ ਜ਼ਿਕਰ ਨਹੀਂ ਕਰਦੇ ਤਾਂ ਫਿਰ ਉਹ ਜਿਹੜਾ ਨਾ ਉਹ ਊਂਠ ਦੀ ਤਰ੍ਹਾਂ ਜਿਹੜਾ ਨਾ ਬਣ ਕੇ ਆ ਜਾਂਦਾ। ਇਨ ਕੇ ਆਲੇ ਅਲਫਾਜ਼ ਮੈਂ ਆਪਣੇ ਬਿਆਨ ਕਰਨਾ ਪਿਆ, ਉਹ ਕਿਸੇ ਹੋਰ ਜਗ੍ਹਾ ਦੇ ਉੱਪਰ ਮੈਂ ਪੜ੍ਹੇ ਦੇਣਾ ਕਿ ਹਦੀਸ ਸਿਰਫ ਇੱਥੋਂ ਤੱਕ ਕੀ ਹੈ, ਅੱਲਾ ਕਮ ਬੇਸ਼ੀ ਮਾਫ਼ ਕਰ ਦੇਵੇ, ਕੁਫਰ ਇੱਕ ਮੱਖੀ ਜਿੰਨਾ ਹੋ ਜਾਂਦਾ। ਲੇਕਿਨ ਐਵੇਂ ਕਿ ਕਿਸੇ ਹੋਰ ਜਗ੍ਹਾ ਤੋਂ ਮੈਂ ਪੜ੍ਹੇ ਦਾ ਕਿ ਇੱਕ ਇਨਸਾਨ ਮੈਂ ਪਤਾ ਨਹੀਂ ਪੜ੍ਹੇ ਦਾ ਜਾਂ ਸੁਣੇ ਦਾ ਕਿ ਕਿਸੇ ਬਜ਼ੁਰਗ ਨੂੰ ਉਹਨੇ ਕਿਹਾ ਕਿ ਤੂੰ ਮੇਰੇ ਤਾਂ ਇੰਨੀਆਂ ਪੜ੍ਹਾਈਆਂ ਕੀਤੀਆਂ ਨੇ, ਮੈਂ ਪਹਿਲੇ ਊਂਠ ਦੀ ਤਰ੍ਹਾਂ ਸੀ ਤੇਰੇ 'ਤੇ, ਲੇਕਿਨ ਹੁਣ ਤੂੰ ਮੈਨੂੰ ਪੜ੍ਹਾਈਆਂ ਕਰ ਕਰਕੇ ਤਾਂ ਮੈਂ ਮੱਖੀ ਜਿੰਨਾ ਹੋ ਗਿਆ, ਤਾਂ ਮੇਰੀ ਤਾਂ ਕੋਈ ਰਹੀ ਨਹੀਂ ਕੋਈ ਚੀਜ਼। ਅਤੇ ਇੱਕ ਹਦੀਸ ਹੋਰ ਵੀ ਆਪ ਸਲਮ ਦੀ ਕਿ ਆਪ ਸਲਮ ਫਰਮਾਇਆ ਕਿ ਕੱਲ੍ਹ ਮੈਂ ਇੱਕ ਅਜੀਬ ਖਾਬ ਦੇਖਿਆ ਕਿ ਮੈਂ ਆਪਣੀ ਉਮਰ ਦਾ ਇੱਕ ਬੰਦਾ ਦੇਖਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਉੱਪਰ ਸ਼ੈਤਾਨ ਨੇ ਦਾਵਾ ਬੋਲ ਥੋੜ੍ਹਾ ਬੜੇ ਸ਼ੈਤਾਨਾਂ ਨੇ, ਅਤੇ ਫਿਰ ਉਹਨਾਂ ਨੇ ਅੱਲਾਹ ਦੇ ਜ਼ਿਕਰ ਕੀਤਾ ਅਤੇ ਫਿਰ ਉਹ ਸਾਰੇ ਦੂਰ ਅੜ ਗਏ। ਅਤੇ ਉਹ ਜਿਹੜੀਆਂ ਦੁਆਵਾਂ ਨੇ ਜਿਹੜੀਆਂ ਮਖਸੂਸ ਦੁਆਵਾਂ ਨੇ ਉਹਨਾਂ ਚੂੜੀ ਹੈ ਸਭ ਤੋਂ ਮੈਂ ਸਮਝਣਾ ਬੜੀ ਅੱਛੀ ਜਿਹੜੀਆਂ ਦੁਆਵਾਂ ਚੂੜੀ ਸਭ ਤੋਂ ਸਟਰੋਂਗ ਜਿਹੜੀਆਂ ਦੁਆਵਾਂ ਚੂ ਉਹ ਦੁਆਵਾਂ ਚੂ ਇਹ ਵੀ ਦੁਆ ਹੈ ਅਸਤਗਫਿਰੁੱਲਾਹ ਅਲਜ਼ੀ ਲਾ ਇਲਾਹਾ ਇਲਾ ਹੁਵਲ ਹਯ੍ਯੁਲ ਕਯੂਮ ਵਾ ਅਤੂਬੁ ਅਲੈਹ। ਇਹ ਵਾਲੀ ਦੁਆ ਦੇ ਮਤਲਬ ਤਾਂ ਅਕਸਰ ਉਲਮਾ ਵੀ ਕਹਿੰਦੇ ਨੇ ਕਿ ਜਿਹਨੂੰ ਕੋਈ ਵੀ ਚੀਜ਼ ਚਾਹੀਦੀ ਉਹ ਇਹ ਦੁਆ ਮੰਗੇ ਕਸਰਤ ਨਾਲ, ਜਾਂ ਲਾ ਹੌਲਾ ਵਲਾ ਕੁਵਤ ਇਲਾ ਬਿੱਲਾਹ ਹੈ, ਜਾਂ ਜਿਹੜੇ ਤਕਬੀਰ ਅੱਲਾਹੁ ਅਕਬਰ ਕਬੀਰਾ ਵਲਹਮਦੁਲਿਲਾਹ ਕਸੀਰਾ ਵ ਸੁਬਹਾਨ ਅੱਲਾਹ ਕੀ ਹੈ ਮੈਂ ਭੁੱਲ ਗਿਆ, ਅਲਹਮ ਅੱਲਾਹੁ ਅਕਬਰ ਕਬੀਰਾ ਵਲਹਮਦੁਲਿਲਾਹ ਅੱਲਾਹੁ ਅਕਬਰ ਕਬੀਰਾ ਵਲਹਮਦੁਲਿਲਾਹ ਕਸੀਰਾ ਵ ਸੁਬਹਾਨ ਅੱਲਾਹ ਬੁਕਰਤੁਨ ਵ ਅਸੀਲਾ। ਕਹਿ ਵੀ ਪੜ੍ਹਨਾ ਜਿਹੜਾ ਨਾ ਉਹ ਬਹੁਤ ਅਜ਼ੀਮ ਚੀਜ਼ ਹੈ, ਔਰ ਸੁਬਹਾਨ ਅੱਲਾਹ ਅਲ ਮਲਿਕ ਅਲ ਕੁਦੂਸ।